ਤਾ ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ HKU ਤੇ ਤਾਂ ਜਿਵੇਂ ਤੁਹਾ ਦਿੱਲੀ ਸੱਤਵੀਂ ਜਮਾਤ ਦਾ ਜੋ ਮੈਥਮੈਟਿਕਸ ਦਾ ਜੋ ਮਤਲਬ ਗਣਿਤ ਵਿਸ਼ਾ ਜੋ ਪੇਪਰ ਹੋਣ ਵਾਲਾ ਫਾਈਨਲ ਐਗਜ਼ਾਮ ਦਾ ਉਹ ਲੈ ਕੇ ਆ ਚੁੱਕੇ ਹਾਂ ਬਿਫੁੱਲ ਸੋਲਵ ਜੇਕਰ ਤੁਸੀਂ ਆਪਣੇ YouTube ਦੇ ਅੰਦਰ ਨਵੇਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਜੇ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਤੁਹਾਨੂੰ ਦੱਸ ਦਈਏ ਇਹ ਜੋ ਪੇਪਰ ਆ ਪੰਜਾਬੀ ਤੇ ਇੰਗਲਿਸ਼ ਮੀਡੀਅਮ ਦੋਨੇ ਮੀਡੀਅਮ ਦੇ ਵਿੱਚ ਹੈ ਇਸਕਾ ਕਿਨੂੰ ਐਂਡ ਤੱਕ ਦੇਖ ਲੈਣਾ ਤੇ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਇਸ ਪੇਪਰ ਦੀ ਪੀਡੀਐਫ ਦੇਖਣਾ ਚਾਹੁੰਦੇ ਹੋ ਵੀ ਉਹ ਸੋਲੂਸ਼ਨ ਹੈ ਤਾਂ ਆਪਣੇ ਇੱਕ ਟੈਲੀਗ੍ਰam ਚੈਨਲ ਬਣਿਆ ਹੋਇਆ ਹੈ ਉਹਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤੁਸੀਂ ਜਦੋਂ ਮਲ ਜਿੱਥੇ ਕਲਿੱਕ ਕਰਕੇ ਜੁਆਇਨ ਹੋ ਕੇ ਪੇਪਰ ਦੀ ਪੀਡੀਐਫ ਦੇਖ ਸਕਦੇ ਹੋ ਤੇ ਚਲੋ ਆਪਾਂ ਪੇਪਰ ਬਾਰੇ ਗੱਲ ਕਰਦੇ ਹਾਂ एपी ਪ੍ਰਸ਼ਨਾਂ ਤੋਂ 10 ਕਹਿੰਦੇ ਹੁੰਦੇ ਕੁੱਲ ਅੰਕ 80 ਹੋਣਾ ਹੈ ਇਹ ਕੁਝ ਹਦਾਇਤਾਂ ਨੇ ਇਹਨਾਂ ਧਿਆਨਪੂਰਵਕ ਪੜ੍ਹ ਕੇ ਹੀ ਤੁਸੀਂ ਪ੍ਰਸ਼ਨ ਦੇ ਅੱਗੇ ਵਧਣਾ ਹੈ ਭਾਗ ੳ ਮਟਰ ਪਾਸ ਇਹ ਪਹਿਲੇ ਹੈਗਾ ਹੇਠ ਦਿੱਤੇ ਪ੍ਰਸ਼ਨਾਂ ਵਿੱਚੋਂ ਸਹੀ ਵਿਕਲਪ ਚੁਣ ਕੇ ਹਰੇਕ ਪ੍ਰਸ਼ਨ 1 ਅੰਕ ਦਾ ਹੈ ਪਹਿਲੇ ਹੈਗਾ 4.8/10 ਯਕੀਨਨ ਅਸਰ ਉਹ ਇਹਨਾਂਸ ਆਪਸ਼ਨ ਇਹ ਹੈਗੀ 0.42 ਆਪਸ਼ਨ ਬੀ 0.42 ਆਪਸ਼ਨ ਸੀ 480 ਤੇ ਆਪਸ਼ਨ ਡੀ ਹੈਗੀ 0.042 ਇਹਦਾ ਅਸਰ ਹੈਗਾ b 0.48 ਇੱਕ ਇੱਕ ਇਹੋ ਜਿਹੇ ਰਿਨਾਤਮਕ ਸੰਪੂਰਨ ਸੱਖਿਆ ਦਾ ਜੋੜ ਕਿਹੜਾ ਹੈ ਜਿਨ੍ਹਾਂ ਦਾ ਜੋੜ -10 ਹੋਵੇ অপਸ਼ਨ a ਹੈਗੇ -13 ਤੇ -13 অপਸ਼ਨ b ਹੈਗੇ -2 ਤੇ -8 অপਸ਼ਨ c 6 ਤੇ 4 ਤੇ অপਸ਼ਨ d -15 ਤੇ -5 ਇਹਦਾ ਅਸਰ ਹੈਗਾ অপਸ਼ਨ ਹੈ b -2 ਤੇ -8 ਅੱਗੇ ਹੈਗਾ ਤੀਸਰਾ ਇੱਕ ਇੱਕ ਦਾ ਜੋੜ ਜੋ ਕਿ ਹੋ ਹੀ ਨਹੀਂ ਸਕਦੀ ਉਸ ਦੀ ਉਸ ਦੀ ਸੁਭਾਵਨਾ ਕੀ ਹੋਵੇਗੀ ਆਪਸ਼ਨ A ਹੈਗੀ 0 ਆਪਸ਼ਨ B 1 ਆਪਸ਼ਨ C 2 ਤੇ ਆਪਸ਼ਨ D ਇਹਨਾਂ ਵਿੱਚੋਂ ਕੋਈ ਨਹੀਂ ਇਹਦਾ ਆਨਸਰ ਹੈਗਾ ਆਪਸ਼ਨ A 0 ਅਗੇ ਚੌਥਾ ਹੈਗਾ 22 2 0 ਤਾਂ 22 ਕਿੰਨਾ ਆਊਗਾ 22 ਆਊਗਾ -2 ਕਿਉਂਕਿ ਜਦ ਆਪਾਂ 2 ਜੇ 2 ਪਲੱਸ ਰਮ ਮੰਨਾਂਗੇ ਤਾਂ 2 2 4 ਹੋ ਜਾਊਗਾ ਜੇ ਆਪਾਂ ਮਾਈਨਸ ਦਾ ਕਰਾਂਗੇ ਪਲੱਸ ਮਾਈਨਸ ਮਤਲਬ ਮਾਈਨਸ ਹੋ ਜਾਊਗਾ ਤਾਂ ਆਪਾਂ 2 ਦੇ ਵਿੱਚੋਂ 2 ਕੱਟਾਂਗੇ ਤਾਂ 0 ਆਊਗੀ ਇਸ ਤਾਂ ਹੀ ਸੰਖਿਆ ਉਹ ਸਹੀ ਬੈਠੇਗੀ ਤਾਂ ਇਸ ਇੱਥੇ ਆਊਗਾ -2 ਅਗੇ ਪੰਜਵਾਂ ਇੱਕ ਅਜੀਹਾ ਕਿਹੜਾ ਕੋਣ ਹੈ ਜਿਹੜਾ ਆਪਣੇ ਹੀ ਸੰਪੂਰਨ ਕੋਣ ਦੇ ਬਰਾਬਰ ਹੁੰਦਾ ਹੈ ਇਹਦਾ ਸਹੀ ਜਵਾਬ 90 ਡਿਗਰੀ ਦਾ ਮਤਲਬ B ਆਪਸ਼ਨ ਹੈ ਅਗੇ ਸ਼ਿਮਾ 60 ਦਾ ਪੂਰਨ ਕੋਣ ਕਿਹੜਾ ਹੈ 60 ਦਾ ਪੂਰਨ ਕੋਣ ਕਿਹੜਾ ਇਹਦਾ ਸਹੀ ਆਪਸ਼ਨ ਸੀ ਟੀ ਅਗੇ ਗਿਆ ਸੱਤਵਾਂ ਇੱਕ ਤ੍ਰਿਭੁਜ ਵਿੱਚ ਕਿੰਨੀਆਂ ਮਧਿਕਾਵਾਂ ਹੁੰਦੀਆਂ ਹਨ ਕਿੰਨੀਆਂ ਹੁੰਦੀਆਂ ਨੇ ਆਪਸ਼ਨ ਸੀ ਮਤਲਬ ਤਿੰਨ ਅਗੇ ਅੱਠਵਾਂ ਜੇਕਰ ਦੋ ਕੋਣ ਸਰਬਸੰਗ ਹੋਣ ਤਾਂ ਇੱਕ ਇੱਕ ਕੋਣ ਦਾ ਮਾਪ 70 ਹੋਵੇ ਤਾਂ ਦੂਸਰੇ ਕੋਣ ਦਾ ਮਾਪ ਕਿੰਨਾ ਹੋਵੇਗਾ ਇਹਦਾ ਸਹੀ ਅਨਸਰ ਹੈ ਜੁ D ਮਤਲਬ 70 ਡਿਗਰੀ ਅਗੇ 10 ਨੋਮਾ ਇੱਕ ਪਾਸੇ ਤੋਂ ਸੰਮੁਖ ਫਲਕਾ ਦੇ ਅੰਕਿਤ ਬਿੰਦੂਆਂ ਦੇ ਜੋੜ ਉੱਪਰ ਕਿੰਨਾ ਹੁੰਦਾ ਹੈ ਇਹਦਾ ਆਨਸਰ ਹੈਗਾ D ਮਤਲਬ 27 ਅਗੇ 10ਵਾਂ 4/9 ਦੇ ਤੁਲ ਕਿਹੜੀ ਪਰਿਮੇਸ਼ ਸੰਖਿਆ ਹੈ ਇਹ ਮਤਲਬ ਬਰਾਬਰ ਕਿਹ ਸੰਖਿਆ ਹੈ ਇਹਦਾ ਆਨਸਰ ਹੈਗਾ A 8/8 ਮਤਲਬ 4 ਦੁਨੀ 8 ਅਗੇ 9 ਦੁਨੀ 18 ਇਸ ਦਾ ਕਿਹ ਸੰਖਿਆ ਬਰਾਬਰ ਆ ਤੁਸੀਂ ਇਸ ਪਰ ਕਾਬੀ ਪਤਾ ਕਰ ਸਕਦੇ ਹੋ ਅੱਗੇ 11ਵਾਂ ਜਿਕੇ ਚੱਕਰ ਦਾ ਅਰਧ ਵਿਅਸ 5 ਹੋਵੇ ਤਾਂ ਚੱਕਰ ਦਾ ਘੇਰਾ ਕਿੰਨਾ ਹੋਵੇਗਾ ਇਹ ਰਾਂਸ ਰਹੇਗਾ a 10 ਪਾਈ ਅੱਗੇ ਕੇ 12ਵਾਂ 4y 7z ਕਿਸ ਪ੍ਰਕਾਰ ਦੀ ਬਿਅੰਜਕ ਹੈ ਇਹ ਕਿਹ ਪ੍ਰਕਾਰ ਦੇ ਬਿਅੰਜਕ ਹੈ ਇਹ ਤੁਹਾਨੂੰ ਤੁਸੀਂ ਆਪ ਹੀ ਕਮੈਂਟ ਵਿੱਚ ਦੱਸ ਦਿਓ ਮੇਰੇ ਹਿਸਾਬ ਨਾਲ ਤਾਂ ਇਹ ਇਕਪਦੀ ਹੈ ਇਕਪਦੀ ਅੱਗੇ ਕੇ 13ਵਾਂ 6 6 6 ਇਹਦਾ ਕੀ ਆਉਗਾ 6 6 54 मतलब 6 4 ऑप्शन बी ਅੱਗੇ ਆ ਗਿਆ 14ਵਾਂ 14ਵਾਂ 3 ਦੀ 0 ਬਰਾਬਰ ਹੈ ਇਹਦਾ ਅਸਰ ਹੈਗਾ ਏ 1 ਅੱਗੇ ਆ ਗਿਆ 15ਵਾਂ ਇੱਕ ਬਰਗ ਵਿੱਚ ਸੈਂਟੀਮੀਟਰ ਰੇਖਾਮ ਦੀ ਗਿਣਤੀ ਕਿੰਨੀ ਹੁੰਦੀ ਹੈ ਇਹਦਾ ਅਸਰ ਹੈਗਾ ਆਪਸ਼ਨ ਡੀ 4 ਉਕੇ ਸੋਨ ਮਾ ਇੱਕ ਸ਼ੈਂਪੂ ਜੀ ਤ੍ਰਿਪੂਤ ਦੀ ਕੁਮਨ ਸਥਿਤੀ ਦਾ ਕਰੰਬਾ ਕਿੰਨਾ ਹੁੰਦਾ ਹੈ ਇਹਦਾ ਸਹੀ ਆਪਸ਼ਨ ਸੀ 3 ਅੱਗੇ ਖਾਲੀ ਥਾਂ ਭਰੋ ਪਹਿਲੇ ਹੈਗਾ -17 6 ਕਿੰਨਾ ਹੁਆ ਇਹਦਾ ਸਹੀ ਹੈ 0 ਅੱਗੇ ਦੂਸਰਾ 1 1.3 10 ਇਹਦਾ ਕਿੰਨਾ ਹੋਇਆ 13 ਅੱਗੇ ਅੱਗੇ ਤੀਸਰਾ ਜੇਕਰ ਦੋ ਕੋਣ ਸਪੂਰਨ ਹੁੰਦਾ ਉਹਨਾਂ ਦਾ ਮਾਪਦੰਡ ਜੋੜ ਦਾਸ਼ ਹੁੰਦਾ ਹੈ ਜਿਹਦਾ ਜਵਾਬ ਹੈ 180 ਡਿਗਰੀ ਅੱਗੇ ਤ੍ਰਿਭੁਜ ਦੇ ਤਿੰਨ ਅੰਦਰੂਨੀ ਕੋਣਾਂ ਦਾ ਜੋੜ ਫਲ ਦਾਸ਼ ਹੁੰਦਾ ਹੈ ਕਿੰਨਾ ਹੁੰਦਾ ਤ੍ਰਿਭੁਜ ਦੇ ਅੰਦਰੂਨੀ ਤਿੰਨੇ ਕੋਣਾਂ ਦਾ ਜੋੜ ਫਲ 180 ਹੁੰਦਾ ਹੈ ਅੱਗੇ ਅੱਗੇ ਪੰਜਵਾਂ ਜੇਕਰ ਰੇਖੀ ਜੋੜੇ ਦਾ ਇੱਕ ਕੋਣ 24 डिग्री ਹੈ ਤੇ ਦੂਸਰਾ ਕੋਣ ਜਿ ਕਿ ਕੋਣ 20° ਹੈ ਤਾਂ ਦੂਸਰਾ ਕੋਣ ਆਊਗਾ 138° ਅੱਗੇ ਆ ਗਿਆ ਛੇਮਾ ਮਾਈਨਸ 9/6 ਬਰਾਬਰ ਹੈ -3/2 ਅੱਗੇ ਆ ਗਿਆ ਸੱਤਵਾਂ ਚੱਕਰ ਦਾ ਘੇਰਾ 2πr x ਗੁਣਾ ਅਰਧ ਵਿਆਸ ਆਊਗਾ ਅੱਠਵਾਂ ਸੰਖਿਆ z ਨੂੰ ਆਪਣੇ ਆਪ ਵਿੱਚ ਗੁਣਾ ਕਰਨਾ ਦੇਸ਼ ਹੈ ਜੈਦਰੀ 2 ਅੱਗੇ ਅੱਠਵਾਂ ਬਧਾਤਮ ਹੋ ਗਿਆ ਅੱਗੇ ਹੈਗੇ ਸਹੀ ਗਲਤ ਪਤਾ ਤੀਸਰਾ 0.025 ਦਾ ਪ੍ਰਤੀਸ਼ਤ ਰੂਪ 25 ਹੈ ਇਹ ਬਿਲਕੁਲ ਹੀ ਗਲਤ ਹੈਗੇ 4/9 ਅਨੁਚਿਤ ਭਿੰਨ ਹੈ ਇਹ ਵੀ ਗਲਤ ਹੈਗੇ ਤੀਸਰਾ ਦੋ ਸਮਕੋਣ ਤ੍ਰਿਪੂਰ ਹਮੇਸ਼ਾ ਸਰਬਸਮ ਹੁੰਦੇ ਹਨ ਇਹ ਵੀ ਗਲਤ ਹੈਗੇ ਚੌਥਾ ਇੱਕ ਤ੍ਰਿਪੂਰ ਵਿੱਚ ਦੋ ਅਧਿਕ ਕੋਣ ਹੋ ਸਕਦੇ ਹਨ ਇਹ ਗਲਤ ਹੈਗੇ ਕੋਨ 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 ਤ੍ਰਿਪੂਦੀ ਸਭ ਤੋਂ ਦਾਇਕ ਮਾਪਦੰਡ ਹੈ ਇਹ ਵੀ ਗਲਤ ਅੱਗੇ ਆ ਗਿਆ 6 ਪਰਿਮੇਯ ਸੰਖਿਆ 2/5 ਪਰਿਮੇਯ ਸੰਖਿਆ 2/5 ਤੋਂ ਵੱਡੀ ਹੈ ਇਹ ਸਹੀ ਆ ਅੱਗੇ ਗੇ 7 ਕਿਸੇ ਫਸਤੇ ਟਾਇਲਰ ਲਗਾਉਣ ਲਈ ਅਸੀਂ ਫਸਲੇ ਖੇਤ ਤੇ ਲੱਭਾਂਗੇ ਬਿਲਕੁਲ ਸਹੀ ਆ ਅਗੇ -7 2x ਅਤੇ -7 2 22 ਸਮਾਨ ਪਦ ਹਨ ਇਹ ਗਲਤ ਹੈ ਅਜੇ ਪਾਠ ਬੀ ਆ ਗਿਆ ਜੇਕਰ ਤੁਸੀਂ ਚਾਹੋ ਤਾਂ ਅਸੀਂ ਤੁਹਾਨੂੰ ਪਾਠ ਬੀ ਮਤਲਬ ਜੋ ਵੱਡੇ ਕੁਐਸ਼ਨਸ ਆ ਉਹ ਕਰਾਈਏ ਤਾਂ ਇਹ ਵੀਡੀਓ ਤੇ 500 ਲਾਈਕ ਕਰਵਾ ਦਿਓ ਜਦ ਵੀ ਇਸ ਵੀਡੀਓ ਤੇ 500 ਲਾਈਕ ਕੰਪਲੀਟ ਹੁੰਦੇ ਹਨ ਤਾਂ ਅਸੀਂ ਆਪਾਂ ਉਸੇ ਸਮੇਂ ਇਹ ਪੇਪਰ ਦਾ ਜੋ ਸੋਲੂਸ਼ਨ ਪਾ ਦੇਮਗੇ ਫੁੱਲ ਸੋਲਵ ਇਹ ਤੁਸੀਂ ਇੱਕ ਕੁਐਸ਼ਨ ਚ ਇੱਕ ਹੱਸਦੇ ਕਿਹੜੇ ਕਿਹੜੇ ਕਵਸਟ ਤੁਹਾਡੇ ਪੇਪਰ ਦੇ ਵਿੱਚ ਆਉਣਗੇ ਅਗੇ ਪਾਰ ਸੀ ਸਟਾਰਟ ਹੋ ਚੁੱਕਾ ਮਤਲਬ ਈ ਕੈਸਾ ਤੇ ਆਪਾਂ ਇਹਦੇ ਚ ਚਾਰ ਅੰਕਾਂ ਦੇ ਕੁਐਸਚਨ ਹਨ ਅੱਗੇ ਅੱਗੇ ਸਪੈਕ ਸ ਇਹਦੇ ਵਿੱਚ ਜੋ ਕੁਐਸਚਨ ਹੋਣਗੇ ਉਹ ਸ਼ੀਸ਼ੀ ਅੰਕ ਦੇ ਹੋਣਗੇ ਇਹ ਵੀ ਪੇਪਰ ਇੱਥੇ ਸਮਾਪਤ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਜੋ ਸਬਸਕ੍ਰਾਈਬ ਕਰਕੇ ਜਾਣਾ ਤੇ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਤੇ 500 ਲਾਈਕ ਸੀ ਇਥੇ ਤੁਸੀਂ ਜੀ ਕੰਪਲੀਟ ਕਰਵਾ ਦਿਓ ਤਾਂ ਹੀ ਤੁਹਾਨੂੰ ਇਸ ਪੇਪਰ ਦੀ ਜੋ ਅਗਲਾ ਸੋਲੂਸ਼ਨ ਮਤਲਬ ਪਾਰਟ ਵੀ ਮਿਲੇਗਾ ਓਕੇ ਦੋਸਤੋ